Hello guys. देखो मम्मा क्या प्लान पा रही हो आज करवा रहे हैं मेकअप ते बहुत जाने ने अंदाजे लाए रहे कि ब्याह है की पता शायद होवे भी वो खाने का मन है चला ही करनी है जिदा ना मेरे वेल्डिंग पई होंगी अखा रड़ के दिया नीचे देखो रंग रंग दात मैं तो पहले चेक करी है मैं रस्ट कलर हुंदा केड़ा आए तो यही सी मतलब फिर आप उदा कह सी हल्का कुछ व्यू इतना नहीं सी लगदा अपनी आउटफिट होरा मेरे को लेदी फोटो है नहीं सी बॉटम इसका पापा इनु ब्राउन दे विच कह देने है थोड़ा या क्योंकि आप लोग डार्क की ज्यादा सूट करदा फिर जे थोड़ा कॉम्प्लेक्शन दे अकॉर्डिंग चाहिए ता ज्यादा डार्क ची जाना चाहिए वो ज्यादा वधिया निकल जांदा पर नहीं जदों आप कहने आ भई अपना रंग सावला हुंदा है आप कह नहीं आप अपन लाइट पाउने चाहिए संदीप इधर ही आईब्रो होगी तेरी ਤੁਸੀਂ ਦੇਖ ਲਓ ਕਰਨਾ ਮੈਂ ਦੇਖਾ ਸਾਨੂੰ ਇੰਦਾ ਕਰਨਾ ਹਾਂ ਕਰਨਾ ਤੁਸੀਂ ਉਹ ਵਾਲਾ ਬਣਾਉਣੀ ਹੁੰਦੀ ਹੈ ਮਸਕਾਰਾ ਕਿੱਥੇ ਸੀ ਕੁਛ ਇਦਾਂ ਦੀ ਯੂ ਜ਼ੂਮ ਜਾਮ ਜੇ ਕਰ ਚੰਨਾ ਲੋ ਜੇ ਕਿੱਥੇ ਦੇ 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 ਕਰ ਮੈਂ ਇਦਾਂ ਕੀਤਾ ਹੋਗਾ ਤੁਸੀਂ ਹਾਂਜੀ ਮੈਂ ਇੰਸਟਾਗ੍ਰam ਦੇ ਜਾਾਂਗੇ ਤੇਰੀ ਮੰਮੀ ਨੂੰ ਲੈ ਜਾਾਂਗੇ ਇੱਕ ਦਿਨ ਕਹਿੰਦਾ ਮੰਮਾ ਮੇਰੇ ਫਰੈਂਡ ਆ ਕਹਿੰਦਾ ਮੇਰੀ ਪ੍ਰਮੋਸ਼ਨ ਕਰ ਲੋ ਸਕੂਲੋਂ ਫਰਮੇਸ਼ਨ ਲੈ ਕੇ ਆਉਂਦਾ ਹੁੰਦਾ ਆਈਡੀਆ ਲਿਖਾ ਕੇ ਲਿਆਉਂਦਾ ਹੁੰਦਾ ਉਹਨਾਂ ਦੀਆਂ ਆਈਡੀਆ ਉਹਨਾਂ ਦੀ ਫੈਨ ਫੋਲੋਇੰਗ ਹੈ ਫਿਰ ਤੁਹਾਡੇ ਮੁੰਡੇ ਦੀ ਪੈਸੇ ਲੈ ਕੇ ਆਇਆ ਨਾ ਨਾਲ ਕੇ ਪੈਸੇ ਲੈ ਗਿਆ ਚੰਗਾ ਤੇ ਹੁਣ 10 ਰੁਪਏ ਫੜਾ ਦਿੱਤੇ ਨਹੀਂ ਤੇ ਆ ਇੱਕ ਪੈਸੇ ਲਾ ਰਿਹਾ ਮੈਂ ਇੱਕ ਪੜੀਓ ਝੋਲਾ ਭਰ ਕੇ ਨਹੀਂ ਇਹਨਾਂ ਦੀ ਸਕੂਲ ਇਹ ਗਵਰਨਮੈਂਟ ਸਕੂਲ 'ਚ ਪੜਦਾ ਹੋਣਾ ਹੈ ਇਹਦੀ ਸਕੂਲ ਦੀ ਪ੍ਰਮੋਸ਼ਨ ਕਰਕੇ ਆਈ ਹੋਈ ਹੈ ਸਾਰੇ ਫਰੈਂਡ ਲੈ ਕੇ ਗਏ ਇਹਦੀ ਵੀਡੀਓ ਅੱਛਾ ਅੱਛਾ ਜੀ ਚਲੋ ਵਧੀਆ ਗੱਲ
ਤੇ ਲਓ ਜੀ ਆਪਾਂ ਹੋ ਗਏ ਆ ਹੁਣ ਰੈਡੀ ਤੇ ਹੁਣ ਜਾ ਰਹੇ ਆ ਆਪਾਂ ਸ਼ੂਟ ਦੇ ਉੱਤੇ ਤੇ ਕਿੱਦਾਂ ਦੀ ਮੇਰੀ ਲੁੱਕ ਲੱਗਦੀ ਆ ਉਹ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਦਿਖਾਵਾਂਗੇ ਪਹਿਲਾਂ ਆਪਾਂ ਜਿੱਥੇ ਸ਼ੂਟਿੰਗ ਕਰਨੀ ਆ ਉੱਥੇ ਪਹੁੰਚ ਜਾਈਏ ਤੇ ਮੇਰੇ ਨਾਲ ਹੈਗੇ ਜਿਨ੍ਹਾਂ ਨੇ ਮੇਰਾ ਮੇਕਅਪ ਕੀਤਾ ਬਰਨਾਲੀ ਤੋਂ ਨੇ ਤੇ ਆਪਾਂ ਇਹਨਾਂ ਦੀ ਆਈਡੀ ਨੰਬਰ ਵਗੈਰਾ ਸਭ ਕੁਝ ਮੈਂਸ਼ਨ ਕਰਾਂਗੇ ਤੁਹਾਡਾ ਬਾਅਦ ਦੇ ਵਿੱਚ ਤੇ ਚਲੋ ਫਿਰ ਲੋਕੇਸ਼ਨ ਤੇ ਪਹੁੰਚਦੇ ਆ ਪਹਿਲਾਂ ਤੇ ਆਪਾਂ ਪਹੁੰਚ ਗਏ ਆ ਹੁਣ ਦੁਸਾਂਝਾ ਹੈਵਨ ਲੋਕੇਸ਼ਨ ਤੇ ਲਹਿੰਗਾ ਪਾ ਕੇ ਤੁਰਿਆ ਨਹੀਂ ਜਾਂਦਾ ਲੱਡੂ ਮੇਰੇ ਨਾਲ ਤੇ ਲੋਕੇਸ਼ਨ ਜਿਹੜੀ ਹੈਗੀ ਆ ਨਾ ਇਹ ਬਹੁਤ ਸੋਹਣੀ ਆ ਦਿਖਾਉਂਦੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਪਹਿਲਾਂ ਸ਼ੂਟ ਕਰ ਲਈਏ ਅਸੀਂ ਜਿਹੜੇ ਕੰਮ ਆਏ ਆ ਜਾਂ ਲੱਡੂ ਪਾਣੀ ਲੈ ਗਿਆ ਤੈਨੂੰ ਨਾਲ ਪਾ ਲਿਆ ਲੰਗਰ 'ਚ ਖੜੀ ਆ ਜਿਹੜੀ ਸੇਵਾ ਕਰਾਉਣੀ ਆ ਥੱਕ ਗਈ ਤਿੰਨ ਕਿਲੋ ਤਾਂ ਭਾਰ ਚੁੰਨੀ ਦਾ ਲੱਗਦਾ ਤੇਰੀ ਦਾ ਵਿਆਹ ਵੀ ਕਰਨਾ ਤੇਰਾ ਪ੍ਰੈਕਟਿਸ ਕਰ ਲਾ ਪਹਿਲੇ ਦੁਬਾਰਾ ਦੱਸੀ ਬਸ ਸ਼ੂਟ ਹੁੰਦਾ ਪਿਆ ਤੇਰੇ ਵਿਆਹ ਦਾ ਹੀ ਡੋਲੀ ਵਾਲੀ ਕਾਰ ਜੀ ਵੈਗਨ ਵਾਲੀ ਡਰ ਪਰ ਜਿਹੜੀ ਪਸੰਦ ਹੋਊਗੀ ਕੱਟ ਦੀ ਰੱਖ ਲਈ ਲਵਾਏ ਆ ਹੱਥ ਦਿਖਾਈ ਪੁੱਠੇ ਇਹਨਾਂ ਦਾ ਵੀ ਮੜ ਜਾ ਮੇਕਅਪ ਲਵਾ ਲੈਂਦੀ ਦੇਖਦੇ ਹੱਥ ਦੇਖ ਏਦਾਂ ਏਦਾਂ ਕਰੀ ਉਹ ਮੰਜਾ ਚੱਕ ਲਿਆ ਆਉਂਦੇ ਪਿਆ ਲੱਡੂ ਪੈਂਦਾ ਕਰੀ ਲਿਆ ਥੱਕ ਤਾਂ ਨੀ ਗਿਆ ਲੱਡੂ ਕਹਿੰਦਾ ਭੁੱਖ ਲੱਗੀ ਆ ਮੈਨੂੰ ਕਹਿੰਦਾ ਭੁੱਖ ਲੱਗੀ ਆ ਥੋੜੀ ਹੌਲੀ ਚਲਾ ਜ਼ਿਆਦਾ ਤੇਜ਼ ਆ ਹੌਲੀ ਚਲਾ ਥੋੜੀ ਜੀ
ਇੱਥੇ ਆ ਜਾਓ ਤੁਸੀਂ ਉਹਦਾ ਵੀ ਜਿਹੜਾ ਜਿਹੜੀ ਚੀਜ਼ ਸਾਡਾ ਸ਼ੂਟ ਹੋ ਗਿਆ ਖਤਮ, ਹਨੇਰੀ ਚੱਲਣ ਲੱਗ ਗਈ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਸਾਰੇ ਜਾਣੇ। ਆਪਾਂ ਮੁਕੰਦਪੁਰ ਰੋਡ ਨੂੰ ਜਾਂਦੇ ਹਾਂ ਫਗਵਾੜੇ ਤੋਂ ਨਹਿਰ ਦੇ ਉੱਤੇ ਤੇ ਅੱਜ ਤੁਹਾਨੂੰ ਮਿਲਾਉਂਦੇ ਆ ਇਹਨਾਂ ਦੇ ਓਨਰ ਦੇ ਨਾਲ। ਹਾਂਜੀ ਇਹ ਹੈਗੇ ਆ ਆਪਣੀ ਆਹ ਲੋਕੇਸ਼ਨ ਦੇ ਓਨਰ। ਸੋ ਤੁਹਾਡੀ ਲੋਕੇਸ਼ਨ ਬਹੁਤ ਸੋਹਣੀ ਆ, ਸੋਹਣੀ ਲੱਗੀ ਆ। ਹਾਂਜੀ ਬਹੁਤ ਵਧੀਆ ਬਣਾਇਆ, ਬਹੁਤ ਪੈਸੇ ਲਾਏ ਆ ਤੁਸੀਂ, ਟਰੈਕਟਰ ਟਰੁਕਟਰ ਜੀਪ ਜੂਪ ਰੱਖੀ ਆ ਚਲਾਉਣ ਨੂੰ। ਤੇ ਜੇ ਕਿਸੇ ਨੇ ਆਪਣੀ ਪ੍ਰੀ ਵੈਡਿੰਗ ਕਰਵਾਉਣੀ ਆ ਜਾਂ ਕੋਈ ਵੀ ਸ਼ੂਟ ਕਰਵਾਉਣਾ ਵਾ ਕੋਈ ਸੌਂਗ ਦਾ ਮੂਵੀ ਦਾ ਜਾਂ ਕੁਛ ਵੀ, ਤੁਸੀਂ ਇਹਨਾਂ ਦੀ ਆਹ ਲੋਕੇਸ਼ਨ ਵਿਜ਼ਿਟ ਕਰ ਸਕਦੇ ਹੋ। ਕਾਫੀ ਚੀਜ਼ਾਂ ਬਹੁਤ ਮਤਲਬ ਤੁਹਾਨੂੰ ਮਿਲ ਜਾਣਗੀਆਂ ਇੱਥੇ, ਕ੍ਰੀਏਟੀਵਿਟੀ ਬਹੁਤ ਆ। ਸੋ ਆਇਓ ਅਤੇ ਇਹਨਾਂ ਦੀ ਆਹ ਲੋਕੇਸ਼ਨ ਜ਼ਰੂਰ ਚੈੱਕ ਕਰਿਓ ਆਪਣੀ ਵੀਡੀਓਜ਼ ਦੇ ਲਈ ਤੁਸੀਂ। ਹਾਂਜੀ ਅਤੇ ਜਿਹੜੇ ਹੈਗੇ ਆ ਇਹਨਾਂ ਨੇ ਮੇਕਅਪ ਕੀਤਾ ਸੀਗਾ ਮੇਰਾ, ਅਤੇ ਇਹਨਾਂ ਨੇ ਵੀ ਆਪਣੇ ਵਿਚਾਰ ਦੇਣੇ ਆ ਥੋੜ੍ਹੇ। ਹਾਂਜੀ ਆਪਾਂ ਗੁੰਜਨ ਬਿਊਟੀ ਬਾਰ ਬਰਨਾਲਾ ਦੇ ਨੀਅਰ ਹੀ ਆਪਣਾ, ਔਰ ਜਿਹੜੀ ਅਸੀਂ ਲੋਕੇਸ਼ਨ 'ਤੇ ਸ਼ੂਟ ਕੀਤਾ ਹੈ ਬਹੁਤ ਹੀ ਸੋਹਣੀ ਲੋਕੇਸ਼ਨ ਆ। ਜਿੱਦਾਂ ਕਿ ਬ੍ਰਾਈਡ ਨੇ ਆਪਣਾ ਪ੍ਰੀ ਵੈਡਿੰਗ ਸ਼ੂਟ ਕਰਨਾ ਹੁੰਦਾ ਤਾਂ ਪਲੀਜ਼ ਇੱਥੇ ਵਿਜ਼ਿਟ ਕਰਿਓ, ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਬਣੀ ਹੋਈ ਆ। ਇਹਨਾਂ ਦੇ ਤੁਸੀਂ ਮੇਕਅਪ ਤਾਂ ਮੇਰਾ ਦੇਖ ਹੀ ਲਿਆ ਹੋਣਾ, ਇਹਨਾਂ ਦੀ ਬਹੁਤ ਵਧੀਆ ਮਤਲਬ ਇਹਨਾਂ ਦਾ ਸਟਾਫ ਜਿਹੜਾ ਹੈਗਾ ਆ ਹੈ ਨਾ ਬਹੁਤ ਹੈਲਪਫੁਲ ਆ, ਫੈਮਿਲੀ ਵਾਂਗੂ ਆ। ਸਾਨੂੰ ਤਾਂ ਲੱਗਿਆ ਹੀ ਨਹੀਂ ਵੀ ਆਪਾਂ ਕਿਸੇ ਬਾਹਰਲੇ ਬੰਦੇ ਤੋਂ ਮੇਕਅਪ ਜਾਂ ਸ਼ੂਟ ਕਰਵਾ ਰਹੇ ਹਾਂ। ਸੋ ਮੈਂ ਇਹਨਾਂ ਦੀ ID, ਇਹਨਾਂ ਦਾ ਨੰਬਰ ਸਭ ਕੁਝ ਮੈਂਸ਼ਨ ਕਰੂੰਗੀ, ਅਤੇ ਜਿਨ੍ਹਾਂ ਕੁੜੀਆਂ ਨੇ ਆਪਣੀ ਪ੍ਰੀ ਵੈਡਿੰਗ ਮੇਕਅਪ ਆਪਣੇ ਵਿਆਹ ਦੇ ਲਈ ਪਾਰਟੀ ਦੇ ਲਈ ਕਰਵਾਉਣਾ, ਅਤੇ ਇਹਨਾਂ ਦੀ ID ਆ ਇੰਸਟਾਗ੍ਰਾਮ 'ਤੇ ਗੁੰਜਨ ਬਿਊਟੀ ਵਰਲਡ, ਉਹ ਸਰਚ ਕਰਕੇ ਇਹਨਾਂ ਨੂੰ ਫੋਲੋ ਜ਼ਰੂਰ ਕਰ ਲਿਓ, ਉੱਥੇ ਤੁਹਾਨੂੰ ਇਹਨਾਂ ਦਾ ਕੰਮ ਮਿਲ ਜੂਗਾ, ਬਹੁਤ ਵਧੀਆ ਕੰਮ ਕਰਦੇ ਆ। ਜਾਓ ਕਰ ਦੇਣਾ ਲਾਸਟ ਫਾਸਟ ਫਾਸਟ ਨਹੀਂ ਹੁੰਦਾ ਭੱਜ ਭੱਜ ਕੇ ਪੈਕਅਪ ਟਾਈਮ। ਗਾਣਾ ਗਾਈ ਸਾਡਾ ਚਿੜੀਆਂ ਦਾ ਚੰਬਾ ਵੇ ਚੰਬਾ ਚੰਬਾ ਬਾਬੂ ਲੈ ਭਾਜੀ ਕੀ ਮਜ਼ਾਕ ਉਡਾਈ ਜਾਂਦਾ, ਦੇਖਦਾ ਕਿੰਨੀ ਸੋਹਣੀ ਲੱਗਦੀ ਆ। ਮਿੱਟੀ ਦਾ ਭਰ ਗਈ ਉਹ ਆਂਟੀਆਂ ਦੇਖਦਾ, ਉਹ ਨਹੀਂ ਉਹ ਚੌਲ ਤਾਂ ਹੈ ਨੀ ਗੇ, ਮਿੱਟੀ ਦੇ ਬੁੱਕ ਭਰ ਭਰ ਕੇ ਸੈੱਟ ਦੇ ਉਹ ਜਾਂ ਆਂਟੀਆਂ ਨੂੰ ਪਕੌੜੇ ਪਕੂੜੇ ਦਾ ਖਵਾ ਦੇ। ਘਾਟਾ ਨਾ ਕਰ, 500 ਰੁਪਿਆ ਦੇ।